ਸਾਸ਼ਿਆ ਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਸਵਾਗਤ ਹੈ 6 ਪੇ ਕਮਿਸ਼ਨ ਅਪਡੇਟ ਮੁਲਾਜ਼ਮਾਂ ਲਈ ਬੜੀ ਖਬਰ ਇਹਨਾਂ ਮੁਲਾਜ਼ਮਾਂ ਨੂੰ 6ਵੇਂ ਪੇ ਕਮਿਸ਼ਨ ਵਿੱਚ ਆਪਸ਼ਨ ਦੇਣ ਦੀ ਤਰੀਕ ਵਿੱਚ ਕੀਤਾ ਗਿਆ ਵਾਅਦਾ ਜਾਰੀ ਕੀਤਾ ਗਿਆ ਇਹ ਵਾਲਾ ਨੋਟੀਫਿਕੇਸ਼ਨ ਇਸੇ ਬਾਰੇ ਵਿੱਚ ਜਾਣਕਾਰੀ ਅਸੀਂ ਤੁਹਾਨੂੰ ਅੱਜ ਇਸ ਵੀਡੀਓ ਰਾਹੀਂ ਦਵਾਂਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਇਸ ਚੈਨਲ ਤੇ ਨਵੇਂ ਆਏ ਹਨ ਜਿਨ੍ਹਾਂ ਨੇ ਇਸ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਹਾਰ ਇੱਕ ਲੇਟੈਸਟ ਅਪਡੇਟ ਇਟਲੈਂਡ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਅਸੀਂ ਇਸ ਚੈਨਲ ਤੇ ਤੁਹਾਡੇ ਲਈ ਹਰ ਇੱਕ ਲੇਟੈਸਟ ਅਪਡੇਟ ਲੈ ਕੇ ਆਉਂਦੇ ਹਾਂ ਸੋ ਆਓ ਹੁਣ ਅਸੀਂ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੋ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ 6ਵੇਂ ਪੇ ਕਮਿਸ਼ਨ ਦੇ ਵਿੱਚ ਮੁਲਾਸ਼ਮਾ ਤੋਂ ਆਪਸ਼ਨ ਸੀਨ ਦੀ ਮੰਗ ਕੀਤੀ ਗਈ ਹੈ ਅਤੇ ਜੋ ਆਪਸ਼ਨ ਸੀਨ ਦੇ ਲਈ ਆਖਰੀ ਮਿਤੀ ਹੈ ਉਹ 4 ਨਵੰਬਰ 2021 ਰੱਖੀ ਗਈ ਸੀ ਪਰ ਹੁਣ ਚੜ੍ਹ ਡਿਗੜ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਇੱਕ ਇਹ ਵੱਡਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦਾ ਸਬਜੈਕਟ ਹੈ ਇੰਪਲੀਮੈਂਟੇਸ਼ਨ ਆਫ ਰეკਮੈਂਡੇਸ਼ਨ ਆਫ ਪੰਜਾਬ 6 ਪੇ ਕਮਿਸ਼ਨ ਐਕਸਟੈਂਸ਼ਨ ਇਨ ਡੇਟ ਆਫ ਆਪਸ਼ਨ ਸੋ ਦੋਸਤੋ ਇਸ ਨੋਟੀਫਿਕੇਸ਼ਨ ਅਕੋਰਡਿੰਗ ਜੋ ਚੰਡੀਗੜ੍ਹ ਐਡਮਿਨਿਸਟ੍ਰੇਸ਼ਨਸ ਦੇ EMPLOYEES ਹਨ ਉਹਨਾਂ ਦੀ ਆਪਸ਼ਨ ਦੇਣ ਦੀ ਜੋ ਤਰੀਕ ਹੈ ਉਸ ਨੂੰ ਵਧਾ ਦਿੱਤਾ ਗਿਆ ਹੈ ਹੁਣ ਆਪਸ਼ਨ ਦੇਣ ਦੀ ਜੋ ਆਖਰੀ ਮਿਤੀ ਹੈ ਉਹ 31 12 2021 ਕਰ ਦਿੱਤੀ ਗਈ ਹੈ ਮਤਲਬ ਕਿ ਮਲਾਜਮਾਂ ਨੂੰ 2 ਮਹੀਨੇ ਦਾ ਸਮਾਂ ਹੋਰ ਦੇ ਦਿੱਤਾ ਗਿਆ ਹੈ ਕਿ ਉਹ ਆਪਣੀ ਆਪਸ਼ਨ ਸੋਚ ਸਕਦੇ ਹਨ ਸੋ ਦੋਸਤੋ ਇਹਨਾਂ ਮਲਾਜਮਾਂ ਦੇ ਲਈ ਇਹ ਵਧੀਆ ਗੱਲ ਹੈ ਕਿਉਂਕਿ ਇਹਨਾਂ ਨੂੰ ਆਪਸ਼ਨ ਦੇਣ ਦੇ ਬਾਰੇ ਵਿੱਚ ਸੋਚਣ ਦੇ ਲਈ ਹੋਰ ਸਮਾਂ ਮਿਲ ਗਿਆ ਹੈ ਉਦੋਂ ਤੱਕ ਕੋਈ ਨਵੀਂ ਆਪਸ਼ਨ ਵੀ ਆ ਸਕਦੀ ਹੈ ਸੋ ਦੋਸਤੋ ਇਹ ਬੜਾ ਨੋਟੀਫਿਕੇਸ਼ਨ ਚੰਡੀਗੜ੍ਹ ਐਡਮਿਨਿਸਟ੍ਰੇ ਸੰਦੇ ਵੱਲੋਂ ਜਾਰੀ ਕੀਤਾ ਗਿਆ ਹੈ ਸੋ ਏਸੀ ਸਾਡੀ ਅੱਜ ਦੀ ਅਪਡੇਟ ਹੋਰ ਵਧੇਰੇ ਇਸੇ ਤਰ੍ਹਾਂ ਦੀਆਂ ਲੇਟੈਸਟ ਅਪਡੇਟਸ ਲੈਣ ਦੇ ਲਈ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ